ਲਾਤਾਰ ਜੁਇਲਾ ਰੱਬਾ ਕਾ ਤੁਮ ਆਪਣੇ ਰੱਬ ਕੇ ਸਵਾ ਕਿਸੇ ਸੇ ਉਮੀਦ ਮਤ ਰਖੋ ਸਭ ਸੇ ਬਿਹਤਰ ਲੁਕਮਾ ਵੋ ਹੈ ਜੋ ਆਪਣੀ ਮਿਹਨਤ ਸੇ ਹਾਸਲ ਕੀਆ ਜਾਏ ਅਸਲਾਮੁਅਲੈਕਮ ਦੋਸਤੋ ਅੱਜ ਤੁਹਾਡਾ ਮੇਜ਼ਬਾਨ ਰਾਏ ਸਾਖਬ ਅਲੀ ਇੱਕ ਪਹਿਲਣ ਝੋਟੀ ਨੀਲੀ ਬਾਰ ਦਰਿਆ ਸਤਲੋਜ ਦੀ ਲੈ ਕੇ ਹਾਜ਼ਰ ਹੋਇਆ ਹੈ ਜਿਨਨੇ ਮੇਰੇ ਵੀਰ ਦੂਰ ਦਰਾਜ ਇਲਾਕਿਆਂ ਜਾਂ ਦੂਸਰੇ ਮੁਲਕਾਂ ਚ ਬੈਠੇ ਸ਼ੌਕ ਕਰਦੇ ਨੇ ਸਾਡੇ ਤੇ ਇਤਮਾਦ ਜਾਂ ਭਰੋਸਾ ਕਰਦੇ ਨੇ ਸਾਰਿਆਂ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਨਾਲ ਸ਼ੁਕਰੀਆ ਬਾਕੀ ਜੀ ਅਸੀਂ ਤੁਹਾਡੇ ਨਾਲ ਇਨਸ਼ਾਅੱਲਾ ਤਾਲਾ ਤੁਸੀਂ ਇਸ ਕਾਬਲ ਸਮਝਦੇ ਜੇ ਉਤਮਾਦ ਕਰਦੇ ਜੇ ਭਰੋਸਾ ਕਰਦੇ ਜੇ ਤਾਰੀਖ ਅੱਜ 19 ਜੁਲਾਈ 7ਵਾਂ ਮਹੀਨਾ 2024 ਤੇ ਵੀਡੀਓ ਬਹੁਤੀ ਲੰਮੀ ਨਹੀਂ ਕਰਨੀ ਇਨਸ਼ਾਅੱਲਾ ਤਾਲਾ ਬਾਕੀ ਗੱਲਾਂ ਭਾਈ ਮਸ਼ਤਾਕ ਨਾਲ ਹੋਣਗੀਆਂ ਜਾਨਵਰ ਜਨਾਬ ਡੇਰੇ ਤੇ ਪਹੁੰਚੇ ਇਨਾਂ ਕੋਲੇ ਤੇ ਵੇਖ ਕੇ ਜਿਹੜਾ ਨਾ ਮਜ਼ਾ ਆਇਆ ਖੂਬਸੂਰਤੀ ਕੁਆਲਟੀ ਬੜੀ ਏ ਚੋਟੀ ਦੀ ਪਹਿਲੇ ਨੇ ਤੇ ਸੋਹਣੀਆਂ ਮਾਸ਼ਾਅੱਲਾ ਵੰਡਾਂ ਨੇ ਤੇ ਜਿਹੜੀ ਚਿਹਰੇ ਦੀ ਖੂਬਸੂਰਤੀ ਸੁਭਾਨ ਅੱਲਾਹ ਸੋਹਣਾ ਜਨਾਬ ਸਿੰਘ ਇਹ ਅੱਖਾਂ ਚਿੱਟੀਆਂ ਸਫੈਦ ਬਾਕੀ ਸਦਾ ਬਾਦਸ਼ਾਹੀ ਉਹ ਸੋਹਣੇ ਰੱਬ ਦੀ ਤੇ ਉਹਦਾ ਹੀ ਨਾ ਹੈ ਜਿੰਨੇ ਅਜੇ ਅਨਮੋਲ ਹੀਰੇ ਬਣਾਏ ਨੇ ਤੇ ਜਿਹੜੀ ਗੱਲਬਾਤ ਤੇ ਭਾਈ ਮੁਸ਼ਤਾਕ ਨਾਲ ਕਰਨੀ ਇਨਸ਼ਾ ਅੱਲਾਹ ਤਾਲਾ ਵੰਡਾ ਸੋਹਣੀਆਂ ਨੇ ਇੱਕ ਗੱਡੀ ਮਾਸ਼ਾ ਅੱਲਾਹ ਸੋਹਣਾ ਪੁੱਠਾ ਹੈ ਲਿਬਾਸ ਸੋਹਣਾ ਤੇ ਜਿਹੜੀ ਵੀ ਚੀਜ਼ ਹੈ ਭਾਈ ਆ ਮੁਸ਼ਤਾਕ ਸਾਹਿਬ ਆਓ ਹਾਂ ਦੋਵੇਂ ਅੱਖਾਂ ਚਿੱਟੀਆਂ ਨੇ ਪਾਉ ਦੋਵੇਂ ਚਿੱਟੀਆਂ ਨੇ ਅਸਲਾਮੁਅਲੈਕਮ ਵਾਅਲੈਕਮ ਵਾਵਾ ਸਾਹਿਬ ਵਾਵਾ ਸੇਤ ਤਬੀਅਤ ਹੈ ਮੈਂ ਕਿਹਾ ਝੋਟੀ ਤੇਰੀ ਮਾਸ਼ਾਅੱਲਾ ਸੋਹਣੀ ਹੈ ਜਿੰਨੀ ਕੁ ਵੀ ਸੁਥਰੀ ਇਹਨਾਂ ਛੱਡ ਕੇ ਟੋਰ ਕੇ ਵੀ ਵਾਹ ਤੇ ਤੇਰੇ ਨਾਲ ਜਿਹੜੀ ਨੇ ਇਹਦੀ ਰੇਟ ਛੇੜ ਦੀ ਵੀ ਗੱਲ ਕਰੀਏ ਵੀ ਕੀ ਇਹਦਾ ਲੇਖਾ ਲੁਖਾ ਲੈਣਾ ਇਹ ਬਾਹਰ ਨੂੰ ਕੱਢ ਦੇ ਮੈਦਾਨ ਚ ਬਾਕੀ ਬੱਚੇ ਤੇ ਬਿਲਕੁਲ ਕਲੀਅਰ ਹੈ ਬਿਲਕੁਕੁਲ ਲੋ ਜੀ ਕਲੀਅਰ ਦਾ ਮਕਸਦ ਇਹ ਕਿ ਬੱਚੇ ਤੇ ਅਸੀਲ ਸਹੂਏ ਤੇ ਕਟਾ ਇਹਨੇ ਬੜਾ ਕਮਾਲ ਦਾ ਦਿੱਤਾ ਇਹਨਾਂ ਕੋਲੇ ਝੋਟਾ ਸੀ ਬੜਾ ਤਗੜਾ ਤੇ ਉਹ ਵੀ ਝੋਟਾ ਇਹਨਾਂ ਕੋਲ ਜਨਾਬ ਮੈਂ ਹੀ ਖਰੀਦਿਆ ਸੀ ਕੱਟੇ ਦੀਆਂ ਆਂਡਾ ਫਟਵੀਆਂ ਨੇ ਤੇ ਜਿਹੜਾ ਜਨਾਬ ਜਿਹੜਾ ਚੀਨ ਲੈਂਦਾ ਖੱਬਾ ਤੇ ਚਟੀਆਂ ਸਫੈਦ ਅੱਖਾਂ ਕਿਆ ਬਾਤ ਹੈ ਝੋਟਾ ਮੈਂ ਹੀ ਲੈ ਗਿਆ ਸੀ ਤੇਰੇ ਕੋਲ ਉਹਦਾ ਪੁੱਤਰ ਹੈ ਉਹਦਾ ਪੁੱਤਰ ਮਾਸ਼ਾਅੱਲਾ ਜੀ ਝੋਟ ਪਿਓ ਤੇ ਗਿਆ ਹੈ ਵੇਖੋ ਜੀ ਸਾਨਾ ਦੇ ਪੁੱਤਰ ਸਾਨਾ ਤੇ ਜਾਂਦੇ ਨੇ ਪਿਓ ਚੰਗਾ ਹੋਵੇ ਤੇ ਕੋ ਪੁੱਤਰ ਵੀ ਫਿਰ ਉਵੇਂ ਹੀ ਨਿਕਲਦਾ ਹੈ ਬਕਾਇਆ ਝੋਟੀ ਦਾ ਕਦਕੁੱਦ ਚੰਗਾ ਸੁਥਰੀ ਜਿੰਨੀ ਕੁ ਵੀ ਹੈ ਤੇ ਇਨਸ਼ਾਅੱਲਾ ਤਾਲਾ ਜਿਹੜੀ ਗੱਲ ਹੈ ਭਾਈ مشتاق ਨਾਲ ਹੋਣੇ ਦੀ ਕਰਨੇ ਆ ਬਿਲਕੁਲ ਜੀ ਖਾਲਸ ਜਿਹੜਾ ਨਾ ਹਵਾਨਾ ਜਿਹੜਾ ਨੇ ਇਹਨੂੰ ਲਬਾਸ ਦੁੱਧ ਵਾਲਾ ਹੈ ਇਨਸ਼ਾ ਅੱਲਾਹ ਤਾਲਾ ਜਿਵੇਂ ਜਿਵੇਂ ਦੁੱਧ ਤੇ ਆਈ ਓਵੇਂ ਓਵੇਂ ਸੋਨਾ ਬਣਦਾ ਜਾਏਗਾ ਬਕਾਇਆ ਹੈ ਵੀ 6 ਡਾਲੀਆਂ ਨੇ ਸਾਰਾ ਦਿਨ ਚੁਰਨ ਟੁਰਨ ਫਿਰਨ ਵਾਲੀਆਂ ਐਵੇਂ ਨਾ ਹਾਂਜੀ ਹਾਂਜੀ ਭਾਈ ਮਸ਼ਤਾਕ ਆਓ ਹੈਦਰਾ ਆ ਕੇ ਇਹਨੂੰ ਥੋੜਾ ਜਿਹਾ ਇੱਧਰ ਨੂੰ ਲੈ ਆਓ ਤੇ ਤੁਹਾਡੇ ਨਾਲ ਗੱਲ ਉਹਨਾਂ ਨੂੰ ਮੋੜ ਲਿਓ ਮੇਰੇ ਵੱਲੇ ਓਏ ਮਮਦੁੱਲਾ ਇੱਧਰ ਸਾਈਡ ਤੇ ਹੋ ਜਾ ਇੱਧਰ ਲੈ ਆਓ ਮਾਸ਼ਾ ਅੱਲਾਹ ਜੀ ਕੀ ਆ ਟੋਰਾ ਨੇ ਤੇ ਕੀ ਖੂਬਸੂਰਤੀ ਹੈ ਤੇ ਚੋਟੀ ਦੀਆਂ ਵੰਡਾਂ ਛਡਾਂ ਸੋਹਣੀਆਂ ਨੇ ਥਣਾ ਦੀ ਵੰਡ ਵੀ ਚਾਰਾਂ ਪਾਸੋਂ ਜਿਹੜੀ ਵੇਖ ਲੈਣੀ ਹੈ ਲਓ ਜੀ ਮਾਸ਼ਾਅੱਲਾ ਜਿਹੜੀਆਂ ਛੇੜ ਵਾਲੀਆਂ ਮੱਝਾਂ ਹੁੰਦੀਆਂ ਨਾ ਉਹਨਾਂ ਦਾ ਪਤਾ ਲੱਗ ਜਾਂਦਾ ਹਾਂਜੀ ਭਾਈ ਮਸ਼ਤਾਕ ਆਜੋ ਮੈਦਾਨ 'ਚ ਇਧਰ ਨਾਲ ਹੋਇਓ ਚੋਟੀ ਦੇ ਤੁਹਾਡੇ ਕੋਲ ਜਿਹੜੀ ਗੱਲ ਬਾਤ ਆਂਦੀ ਪੁੱਛਣੀ ਮਾਸ਼ਾਅੱਲਾ ਇੱਕ ਘੱਡੀ ਜੀ ਸੋਨਾ ਖੁੱਡਾ ਪੁੱਠਾ ਲਾਮ ਸ਼ਾਮ ਸੋਣੀ ਏ ਹੁਣ ਭਾਈ ਮਸਤਾਕ ਨੈਂਦੀ ਜਿਹੜੀ ਨਾਲ ਗੱਲ ਕਰਨੇ ਆ ਅਸਲਾਮੁਅਲੈਕਮ ਵਾਲੇਕਮ ਸਲਾਮ ਰਹਿਬਾ ਸਾਹਿਬ ਹੋਰ ਸਿਹਤ ਤਬੀਤਾਂ ਠੀਕ ਨੇ ਮੈਂ ਹਾ ਝੋਟੀ ਤੇਰੀ ਵਹਾਈ ਹੈ ਮਾਸ਼ਾ ਅੱਲਾ ਜਾਨਵਰ ਸਾਰੇ ਰੱਖੇ ਨਹੀਂ ਬੜਾ ਸ਼ੌਕ ਕੀਤਾ ਹੋਇਆ ਹੀ ਹੈ ਹਾਂ ਸਾਰੇ ਜਾਨਵਰ ਚੰਗੇ ਰੱਖੇ ਝੋਟੇ ਦਾ ਵੀ ਬੜਾ ਸ਼ਕੀਨ ਸੇ ਝੋਟਾ ਦਾ ਤੇਰੇ ਕੋਲ ਮੈਂ ਲੈ ਗਿਆ ਸੈਂਵੇਂ ਅੱਛਾ ਇਹ ਜਿਹੜੀ ਝੋਟੀ ਵਹਾਂ ਦੇ ਪੈ ਕਿੰਨਾ ਸੁਬਾ ਸੂਈ ਹੈ ਪਹਿਲੇ ਨੇ ਜੀ ਪਹਿਲੇ ਨੇ ਕਿੰਨੇ ਦਿਨਾਂ ਦੀ ਸੂਈ ਹੈ ਤੀਸਰਾ ਦਿਨ ਅੱਜ ਤੀਸਰਾ ਦਿਨ ਹੈ ਚੁਾਈ ਚੁਈ ਕੇ ਜੀ ਚਵਾਈ ਚੰਗੀ ਥਾ ਉੱਚੀ ਬੋਲਣਾ ਥੋੜਾ ਜਿਹਾ ਚੰਗੀ ਚਾ ਟਾਈਮ ਜਉਂਦੇ ਪੈਨ ਆ ਸਚਵਾਈ ਚੰਗੀ ਹੈ ਚਵਾਈ ਚੰਗੀ ਹੈ ਬੱਚੇ ਤਹਿਸੀਲ ਸਹੂ ਹੈ ਬਿਲਕੁਲ ਡੰਗਾ ਹੀ ਨਾ ਲਾ ਥੇ ਕੀ ਆ ਪੈਦਾ ਲੇਖਾ ਲੈਣਾ ਦੇਖਾ ਤੁਹਾਨੂੰ ਦੋਸਤ 6 ਲੱਖ ਰੁਪਏ ਯਾਰ 6 ਵਾਲਾ ਦਾ ਕੰਮ ਆੜਾ ਬੜੇ ਬੜੇ ਡੇਮੋਲ ਨਾ ਕਰਿਆ ਕਰੋ ਤੇ ਮਨਾਸਿਬ ਜੀ ਕੋ ਸੋਹਣੀ ਜੀ ਗੱਲ ਕਰਨੀ ਚਾਹੀਦੀ ਹੈ ਹੁਣ ਕਿਉਂਕਿ ਮੌਸਮ ਵੀ ਬਦਲ ਗਿਆ ਹੈ ਤੇ ਮੌਸਮ ਦੇ ਲਿਆ ਛੋਟੀ ਵੀ ਚੰਗੀ ਹੈ ਢੇਰ ਚੰਗੀ ਹੈ ਚਲੋ ਜੀ ਢੇਰ ਚੰਗੀ ਹੈ ਠੀਕ ਹੈ ਅੱਲਾਹ ਪਾਕ ਖੈਰ ਕਰੇ ਕੁ ਬੜਦੀ ਜੋੜਦੀ ਨਾ ਕੋਈ ਸੋਹਣੀ ਜੀ ਗੱਲ ਕਰ ਜਿੰਦੇ ਵਿੱਚ ਨਾ ਕੋਈ ਪਤਾ ਲੱਗੇ ਵੀ ਮੇਰੇ ਭਰਾ ਨੇ ਕੋਈ ਮੁਹੱਬਤ ਕੀਤੀ ਸਾਢੇ ਪੰਜ ਲੱਖ ਜੀ ਸਾਢੇ ਪੰਜ ਲੱਖ ਤੀ ਉਹ ਸੂਈ ਦੇ ਵਿੱਚੋਂ ਨਾ ਜਿਵੇਂ ਨੱਕੇ ਦੇ ਵਿੱਚੋਂ ਲੰਗਾਈਦਾ ਨਹੀਂ ਧਾਗਾ ਉਹ ਗੱਲਾਂ ਕਰ ਸਾਢੇ ਪੰਜ ਪੁੰਜ ਵਾਲੀਆਂ ਨਾ ਕਰ ਹੈਂ ਨਹੀਂ ਝੋਟੀ ਆਪ ਨਹੀਂ ਚੰਗੀ ਚੰਗੀ ਫੇਰ ਚੰਗੀ ਸਾਢੇ ਪੰਜ ਵੀ ਸੈ ਸਾਰਾ ਨਾ ਮੈਂ ਕਰੀ ਜਾ ਨਹੀਂ ਨਹੀਂ ਇਹ ਤੁਗਾ ਨਹੀਂ ਹੋਣੀ ਨਾ ਮੈਂ ਨਾ ਕਰਕ ਚਾਈ ਲਾਹਦਾ ਆਪਣਾ ਕੱਟਾ ਦੇ ਤਾਂ ਕਿੰਨੇ ਦਾ ਪੰਜ ਦਾ ਕੱਟਾ ਵੇਚ ਐ ਤੇ ਰੱਖ ਕਿਦਾ ਬਦਲੇ ਝੋਟਾ ਮੈਂ ਪੰਜ ਦਾ ਲੈ ਗਿਆ ਤੋੜੇ ਨੂੰ ਤਿਆਰ ਕਰ ਲੈ ਬਿਲਕੁਲ ਮੋੜੇ ਸਾਰੀ ਇਹ ਚੁੱਗੀ ਰੱਖੀ ਝੋਟਾ ਬੰਨ ਝੋਟਾ ਕਿੰਨੇ ਦਾ ਲੈ ਗਿਆ ਸਾ ਝੋਟਾ ਪੰਜ ਦਾ ਲੈ ਜੇ ਤੇ ਪੰਜ ਦਾ ਹੀ ਤੈਨੂੰ ਦੇਣਾ ਲਓ ਜੀ ਭਾਈ ਮਸ਼ਤਾਕ ਬੰਦਾ ਬੜਾ ਗੋਡੇ ਕਹਿੰਦਾ ਪਿਆ ਜੇ ਅਗਰ ਕੋਈ ਯਕੀਨ ਬੰਦਾ ਲੈਗਾ ਤਾਂ ਦਿਆਂਗਾ ਨਹੀਂ ਤੇ ਇਕੱਠਾ ਹੈ 5 ਲੱਖ ਦਾ ਸਾਮਕੇ ਵੇਚਣਾ ਹੈ ਬਿਲਕੁਲ ਇਹਨਾਂ ਸਾਰੀ ਚੁਗਾਈ ਰੱਖਣੀ ਛਾੜੀ ਹੁਣ ਚੁਵਾਈ ਚੰਗੀ ਬਿਲਕੁਲ ਚੰਗੀ ਅੰਡੂ ਖੇਡਣਾ ਪੜਾ ਸੀ ਜਿੰਦਾਬਾਦ ਦਾ ਮਤਲਬ ਹੈ ਕਿ ਜਿਵੇਂ ਮਰਜ਼ੀ ਚੁਵਾਈਆਂ ਕਰੋ ਬਿਲਕੁਲ ਡੰਗਾ ਹੀ ਨਾ ਲਾ ਦਿਓ ਜਿੰਨਾ ਕਰ ਬਾਈਓ ਲੈ ਬੰਨ ਲੈਸ ਬੰਨ ਲੈ ਪਾ ਅੱਗੋਂ ਮੋੜ ਲੈਸ ਫਿਰ ਲਓ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਖਿਬ ਅਲੀ ਨੂੰ ਇਜਾਜ਼ਤ ਦਿਓ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ ਪਾਕਿਸਤਾਨ ਜ਼ਿੰਦਾਬਾਦ ਤੇ ਨੀਲੀ ਦਰਿਆਏ ਸਤਲੁਜ ਵੀ ਜਿੰਦਾਬਾਦ ਜੀ